ਵਿਊਅਰਸ ਵੈਲਕਮ ਬੈਕ ਇਨ ਆਰ ਪ੍ਰੋਗਰਾਮ ਜੀ ਡਾਕਟਰ ਸਾਹਿਬ ਅੱਜ ਦੇ ਸਿਆਸੀ ਮਸਲਿਆਂ ਬਾਰੇ ਤੁਸੀਂ ਸਾਰੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਪਿਛਲੇ ਹਫਤੇ ਜਦੋਂ ਅਸੀਂ ਮੋਦੀ ਦੀ ਅਮਰੀਕਾ ਫੇਰੀ ਨੂੰ ਸੱਚ ਦੇ ਪੈਮਾਨੇ ਦੇ ਉੱਤੇ ਰੱਖ ਕੇ ਉਸ ਨੂੰ ਬੇਨਕਾਬ ਕੀਤਾ ਕਿ ਕਿੰਨੀ ਵੱਡੀ ਅਟਰ ਫੇਲਿਓਰ ਸੀ ਜੀ ਤੇ ਬਹੁਤ ਸਾਰੇ ਫਿਰ ਜਿਹੜੇ ਕਿਉਂਕਿ ਸਾਡੀ ਲਿਖਤ ਵੀ ਪਿਛਲੇ ਹਫਤੇ ਦੀ ਇਸ ਲਾਈਨ ਤੇ ਸੀ ਸੋ ਸੈਂਕੜਿਆਂ ਦੇ ਗਿਣਤੀ ਚ ਕਮੈਂਟ ਲਿਖਤ ਦੇ ਉੱਤੇ ਔਰ YouTube ਤੇ 네ਗੇਟਿਵ ਆਏ ਬਹੁਤ ਸਾਰੇ ਐਡਮਾਇਰਿੰਗ ਸੀ ਕੁਝ ਜਿਹੜੇ ਨੇ ਉਹਨਾਂ ਨੂੰ ਲੱਗਾ ਕਿ ਵੀ ਅਸੀਂ ਜਿਹੜੀ ਭਾਰਤ ਦੀ ਸਕਸੈਸ ਹੈ ਜਿਵੇਂ મોદી ਦੇ ਆਟੋਗ੍ਰਾਫ ਲੈ ਰਹੇ ਸੀ ਕਾਂਗਰਸਮੈਨ ਔਰ ਜਿਵੇਂ 에어ਪੋਰਟ ਤੇ ਉਹਨੂੰ ਰਿਸੀਵ ਕਰਨ ਗਏ ਔਰ ਹਰ ਕੋਈ મોદી ਨੂੰ ਚਾਹੁੰਦਾ ਉਸ ਦਾ ਅਸੀਂ ਨੋਟਿਸ ਨਹੀਂ ਲਿਆ ਕਿ ਵੀ મોદી ਕਿੰਨਾ ਹਰਮਨ ਪਿਆਰਾ ਕਾਂਗਰਸ ਦੇ ਵਿੱਚ ਹੋਇਆ ਜੀ ਔਰ ਅਸੀਂ ਪਿਛਲੇ ਹਫਤੇ ਚ ਫਿਰ ਦੋ ਦਿਨ ਬਾਅਦ ਹੀ ਦੱਸ ਦਿੱਤਾ ਸੀ ਕਿ ਵੀ ਅਮਰੀਕਾ ਦੀ ਸੈਨੇਟ ਨੇ ਕਿਵੇਂ ਜਿਹੜਾ ਬਿੱਲ ਆਇਆ ਕਿ ਇੰਡੀਆ ਨੂੰ ਜਿਹੜਾ ਸਪੈਸ਼ਲ ਇੱਕ ਪਾਰਟਨਰ ਸਟ੍ਰੈਟੈਜਿਕ ਪਾਰਟਨਰ ਡਿਫੈਂਸ ਪਾਰਟਨਰ ਦਾ ਦਰਜਾ ਦਿੱਤਾ ਜਾਏ ਵੀ ਉਹਨੂੰ ਯੂ ਐਸ ਸੈਨੇਟ ਨੇ ਫੇਲ ਕਰ ਦਿੱਤਾ ਔਰ ਉਹ ਸਾਰੀ ਫੂਕ ਕੱਢ ਦਿੱਤੀ ਪਰ ਜਿਹੜੀ ਜੁਆਇੰਟ ਸਟੇਟਮੈਂਟ ਓਬਾਮਾ ਔਰ ਮੋਦੀ ਦੀ ਸੀ ਉਹਦੇ ਚ ਇੱਕ ਪਾਰਟ ਇਹ ਵੀ ਸੀ ਜਿਹਨੂੰ ਇੰਡੀਅਨ ਮੀਡੀਆ ਨੇ ਬੜਾ ਸੈਲੀਬ੍ਰੇਟ ਕੀਤਾ ਕਹ ਜੀ ਹੁਣ ਅਮਰੀਕਾ ਪਾਕਿਸਤਾਨ ਦੇ ਪਿੱਛੇ ਪੈਗਾ ਕਿਉਂਕਿ ਉਸ ਸਟੇਟਮੈਂਟ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਪਾਕਿਸਤਾਨ ਪਠਾਨਕੋਟ ਔਰ ਜਿਹੜਾ ਮੁੰਬਈ ਦੇ دہشتਗਰਦ ਹਮਲੇ ਨੇ ਉਹਨਾਂ ਦੇ ਦੋਸ਼ੀਆਂ ਨੂੰ ਫੜੇ ਔਰ ਉਹਨੇ ਕਿਹਾ ਜੀ ਸਿਰਫ ਪਾਕਿਸਤਾਨ ਦਾ ਬਹੁਤਾ ਨਾਂ ਨਹੀਂ ਲਿਆ ਗਿਆ ਪਰ دہشتਗਰਦੀ ਦੇ ਖਿਲਾਫ ਇਹ ਸਟੇਟਮੈਂਟ ਇਹਨੂੰ ਵੀ ਬੜਾ ਇੰਡੀਅਨ ਮੀਡੀਆ ਨੇ ਚੁੱਕਿਆ ਕਿ ਜੀ ਦੇਖੋ ਪਾਕਿਸਤਾਨ ਕਿੰਨਾ ਹਿਟਡ ਹੈ ਹੁਣ ਕੇ ਆਵਾਮਾ ਨੇ ਵੀ ਕਹਿਤਾ ਹੈ ਕੱਲ ਦੀ ਖਬਰ ਜਿਹੜੀ ਹੈ ਅੱਜ ਜਿਵੇਂ ਮੀਡੀਆ 'ਚ ਆਈ ਹੈ ਤਾਂ ਫਰਾਈਡੇ ਦੀ ਹੋਏਗੀ ਉਹਨੇ ਇਸ ਗੱਲ ਦੇ ਵੀ ਫੂਕ ਕੱਢ ਦਿੱਤੀ ਕਿ ਯੂਐਸ ਕਾਂਗਰਸ ਦੇ ਵਿੱਚ ਪਾਕਿਸਤਾਨ ਦੀ ਹਮਾਇਤ ਨਹੀਂ ਔਰ ਖਬਰ ਇਨਾ ਦੀ ਟ੍ਰਿਬਿਊਨ ਅਖਬਾਰ ਦੀ ਕਿ ਪੀਟੀਆਈ ਦੀ ਖਬਰ ਅੱਜ ਦੀ ਖਬਰ ਹੈ ਲੈਜਿਸਲੇਸ਼ਨ ਸੀਕਿੰਗ ਏਡ ਕਟ ਟੂ ਪਾਕਿਸਤਾਨ ਡੀਫੀਟਡ ਇਨ ਯੂਐਸ ਹਾਊਸ ਹੁਣ ਦੋ ਅਮੈਂਡਮੈਂਟਸ ਚਾ ਤਰਮੀਮਾ ਜਿਹੜੇ ਪ੍ਰੋ ਇੰਡੀਆ ਕਾਂਗਰਸਮੈਨ ਨੇ ਉਨਾ ਨੇ ਯੂ ਐਸ ਹਾਊਸ ਦੇ ਵਿੱਚ ਲਿਆਂਦੀਆਂ ਕਿ ਪਾਕਿਸਤਾਨ ਇਹਨੇ ਉਹ ਸਮਾਨ ਨੂੰ ਲੁਕਾ ਕੇ ਰੱਖਿਆ 10 ਸਾਲ ਔਰ دہشت گردੀ ਨੂੰ ਜਿਹੜਾ ਉਹ ਵਧਾਵਾ ਦੇ ਰਿਹਾ ਇਸ ਲਈ ਜਿਹੜੀ ਪਾਕਿਸਤਾਨ ਨੂੰ ਏਡ ਦਿੱਤੀ ਜਾਂਦੀ ਹੈ 900 ਮਿਲੀਅਨ ਡਾਲਰ ਦੀ ਸਾਲਾਨਾ ਅਮਰੀਕਾ ਦਿੰਦਾ ਇੱਕ ਸੀ ਅਮੈਂਡਮੈਂਟ ਕਿ ਉਹਨੂੰ 700 ਮਿਲੀਅਨ ਕਰ ਦਿੱਤਾ ਜਾਏ ਦੂਜੀ ਸੀ ਕਿ ਬੰਦ ਕੀਤੀ ਜਾਏ ਔਰ ਦੋਨੋਂ ਹੀ ਅਮੈਂਡਮੈਂਟਸ ਕਾਂਗਰਸ ਦੇ ਵਿੱਚ ਫੇਲ ਹੋ ਗਈਆਂ ਉਹਨਾਂ ਨੇ ਕਿਹਾ ਵੀ ਨਹੀਂ ਪਾਕਿਸਤਾਨ ਦੀ ਏਡ ਨਹੀਂ ਬੰਦ ਹੋਏਗੀ ਔਰ ਇੱਕ ਖਬਰ ਹੈ ਇਹਨਾਂ ਦੇ ਮੁਤਾਬਕ ਟੂ ਲੈਜਿਸਲੇਟਿਵ ਅਮੈਂਡਮੈਂਟਸ ਸੀਕਿੰਗ ਅ ਕਟ ਇਨ ਦਾ ਯੂ ਐਸ ਏ ਟੂ ਪਾਕਿਸਤਾਨ ਹੈਵ ਬੀਨ ਡਿਫੀਟਡ ਇਨ ਦਾ ਹਾਊਸ ਆਫ ਰਿਪਰੈਜ਼ੈਂਟੇਟਿਵਸ ਵਿਦ ਮੋਸਟ ਲਾ ਮੇਕਰਸ ਆਰਗੂਇੰਗ ਥੈਟ ਇਟ ਇਜ਼ ਐਸੈਂਸ਼ੀਅਲ ਟੂ ਮੇਨਟੇਨ ਟਾਈਜ਼ ਵਿਦ ਅ ਨਿਊਕਲੀਅਰ ਆਰਮਡ ਕੰਟਰੀ ਡਿਸਪਾਈਟ ਇਟ ਨਾਟ ਡੂਇੰਗ ਇਨਾਫ ਇਨ ਦਾ ਵਾਰ ਅਗੇਂਸਟ ਟੈਰਰਿਜ਼ਮ ਉਹਨਾਂ ਨੇ ਕਿਹਾ ਜੀ ਬਹੁਤ ਗਿਣਤੀ ਕਾਂਗਰਸਮੈਨਾਂ ਨੇ ਕਿਹਾ ਕਿ ਭਾਵੇਂ ਦਹਿਸ਼ਤਗਰਦੀ ਨੂੰ ਦਬਾਣ ਲਈ پاکستان زیادہ کاروائی نہ بھی کر رہا ہوئے پر نیوکلیئر শক্তি ہے اور پاکستان دے نال جڑا ساتھ رکھنا ਸਾਡੇ ਲਈ بڑا ضروری ہے دی ফার্স্ট ਐਮੈਂਡਮੈਂਟ মুਵਡ ਬਾਈ ਕਾਂਗਰਸਮੈਂਟ ਟੈਡ ਪੋ ਸੌਰ ਟੂ ਕੱਟ ਫੰਡਿੰਗ ਟੂ پاکستان ਫ্রম 900 ਮਿਲੀਅਨ ਟੂ 700 ਮਿਲੀਅਨ ਇਨ ਕੋਲੀਸ਼ਨ ਸਪੋਰਟ ਫੰਡ ਵਾਸ ਡੀਫੀਟਡ ਔਨ ਦਾ ਹਾਊਸ ਫਲੋਰ ਬਾਈ ਅ ਰਿਕਾਰਡਡ ਵੋਟ ਆਫ 191 ਟੂ 230 ਉਹਨਾਂ ਨੇ ਕਿਹਾ ਕਿ ਜਿਹੜੀ ਇੱਕ ਕਮੈਂਡਮੈਂਟ ਟੈਡ ਪੋ ਕਾਂਗਰਸਮੈਨ ਨੇ ਲਿਆਂਦੀ ਕਿ ਪਾਕਿਸਤਾਨ ਇਹ ਵੀ ਪੂਰੀ ਕੱਟਣ ਦੇ ਨਹੀਂ ਸੀ ਕਿ ਜੀ ਪਾਕਿਸਤਾਨ ਦੀ ਐਡ ਜਿਹੜੀ ਹੈ 900 ਮਿਲੀਅਨ ਤੋਂ ਕਟਾ ਦਿੱਤੀ ਜਾਏ 700 ਮਿਲੀਅਨ ਤਾਂ ਕਿ ਉਹਨੂੰ ਮੈਸੇਜ ਆਏ ਪਰ ਉਹ ਵੀ ਜਦੋਂ ਵੋਟਾਂ ਪਈਆਂ ਤੇ 230 ਮੈਂਬਰਾਂ ਨੇ ਕਿਹਾ ਵੀ ਨਹੀਂ ਪਾਕਿਸਤਾਨ ਦੀ ਐਡ ਨਹੀਂ ਕੱਟਣੀ ਹੈ 191 ਨੇ ਕਿਹਾ ਵੀ ਕਟਾ ਦਿਓ ਸੋ ਜ਼ਾਹਰ ਹੈ ਵੀ ਇਹ ਵੀ ترمیم ਫੇਲ ਹੋ ਗਈ ਔਰ ਉਹਦੇ ਚ ਵੀ ਉਹਨੇ ਉਹੀ ਕਿਹਾ ਸੀ ਕਿ ਜੀ ਪਾਕਿਸਤਾਨ دہشتਗਰਦੀ ਨੂੰ ਵਧਾਵਾ ਦੇ ਰਿਹਾ ਹੁਣ ਦੂਸਰੀ ਜਿਹੜੀ ترمیم ਸੀ ਇੱਕ ਹੋਰ कांग्रेसमैन ने जरा कि कांग्रेसमैन रोरा बाकर उन्हें क्या उन्हें क्या सीकिंग सपोर्ट फॉर हिस्स अमेंडमेंट कांग्रेसमैन रोरा बाकर सेड कंटिन्यूएशन ऑफ द यू एस ए टू पाकिस्तान विल स्ट्रेंथन एंड बॉस्टर ए गवर्नमेंट दैट हैज कमिटेड क्राइम्स अगेंस्ट देयर ओन पीपल कि बेनू जो बंद किया जाए बट हाउ एवर मेजोरिटी ऑफ द लॉ मेकर्स डिडेंट सपोर्ट पो एंड रोरा बाकर इन कटिंग एड टू पाकिस्तान ਔਰ ਉਹਨਾਂ ਨੇ ਕਿਹਾ ਵੀ ਇਹ ਵੀ ਜਿਹੜੀ ਸੀ ਅਮੈਂਡਮੈਂਟ ਡਰਾ ਰਾਬਾ ਕਰਦੀ ਇਹ ਹੋਰ ਵੀ ਬੁਰੀ ਤਰ੍ਹਾਂ ਫੇਲ ਹੋਈ 236 ਕਾਂਗਰਸਮੈਨਾਂ ਨੇ ਕਿਹਾ ਕਿ ਬਈ ਬਿਲਕੁਲ ਪਾਕਿਸਤਾਨ ਦੀ ਐਡ ਨਹੀਂ ਕਟਣੀ ਹੈ ਸਿਰਫ 84 ਕਾਂਗਰਸਮੈਨ ਜਿਹੜੇ ਨੇ ਉਹਨਾਂ ਨੇ ਐਡ ਕੱਟਣ ਲਈ ਕਿਹਾ ਸੋ ਇਹਦੇ ਤੋਂ ਔਰ ਜਿਹੜੀ ਸ਼ੀਲਾ ਜੈਕਸਨ ਕਾਂਗਰਸ ਵੂਮਨ ਹੈਗੀ ਹੈ ਹਿਊਸਟਨ ਤੋਂ ਉਹਨੇ ਕਿਹਾ ਕਿ ਬਈ ਇਹ ਸਾਡੇ ਲਈ ਬੜਾ ਜ਼ਰੂਰੀ ਹੈ ਕਿ ਬਈ ਅਸੀਂ ਪਾਕਿਸਤਾਨ ਦੇ ਨਾਲ ਇੰਗੇਜਮੈਂਟ ਰੱਖੀਏ ਕਿਉਂਕਿ ਅਲਟੀਮੇਟਲੀ ਉਹ ਸਾਡਾ ਸਹਾਇਕੀ ਰਿਹਾ ਕੱਲ ਨੂੰ ਵੀ ਸਾਡਾ ਸਹਾਇਕੀ ਰਹਿਣ ਸੋ ਇਹ ਮੋਦੀ ਦੀ ਜਿਹੜੀ ਇਹ ਪ੍ਰਾਪਤੀ ਬੜੀ ਦੱਸੀ ਜਾਂਦੀ ਸੀ ਜੀ ਪਾਕਿਸਤਾਨ ਨੂੰ دہشتਗਰਦ ਬਣਾਤਾ ਤੁਹਾਨੂੰ ਸੈਨੇਟ ਚ ਉਹਨਾਂ ਨੇ ਜਿਹੜਾ ਉਹ ਡਿਫੈਂਸ ਪਾਰਟਰ ਦਾ ਬਿਲ ਵੀ ਨਹੀਂ ਜਿਹੜਾ ਪਾਸ ਹੋਣ ਦਿੱਤਾ ਤੇ ਇੱਥੇ ਦੋ ਐਮੈਂਡਮੈਂਟ ਜਿਹੜੀਆਂ ਨੇ ਏਡ ਘਟਾਣ ਦੀਆਂ ਵੀ ਔਰ ਏਡ ਕੱਟਣ ਦੀਆਂ ਵੀ ਮੂਹਰੇ ਮੂਹ ਡਿੱਗ ਪੈਂਦੀਆਂ ਹੁਣ ਦੱਸੋ ਜੀ ਕਿ ਮੋਦੀ ਜੀ ਕੀ ਲੈ ਕੇ ਗਏ ਯਹਾਂ ਸੇ ਕੀ ਲੈ ਕੇ ਗਏ ਭਾਈ ਮੋਦੀ ਮਤਲਬ ਹੁਣ ਤਾਂ ਇਹੀ ਹੈ ਦੂਸਰਾ ਪਾਰਟ ਜਿਹੜਾ ਬੜਾ ਇਹਨਾਂ ਨੇ ਦਾਅਵੇ ਕੀਤੇ ਕਿ ਜੀ ਅਮਰੀਕਾ ਨੇ ਸਾਨੂੰ ਨਿਊਕਲੀਅਰ ਸਪਲਾਇਰ ਗਰੁੱਪ ਚ ਜਿਹੜਾ ਆ ਉਹ ਮੈਂਬਰਸ਼ਿਪ ਦੇ ਲਈ ਦੇ ਦਿੱਤੀ ਆ ਹਰੀ ਚੰਡੀ ਔਰ ਸੁਸ਼ਮਾ ਸਵਰਾਜ ਦੇ ਤਿੰਨ ਦਿਨ ਪਹਿਲਾਂ ਕਹਿ ਕੇ ਹਟੀ ਕਿਉਂ ਕਿ ਇਹਨਾਂ ਦਾ ਜਿਹੜਾ ਫੋਰਨ ਸੈਕਟਰੀ ਹੈ ਉਹਦਾ ਨਾਮ ਜੈ ਐਸ ਜੈ ਸ਼ੰਕਰ ਜੀ ਉਹ ਵੀ ਚੀਨ ਦਾ ਦੌਰਾ ਕਰਕੇ ਆਇਆ ਸੀ ਉਹਨਾਂ ਨੇ ਕਿਹਾ ਕਿ ਜੀ ਨਹੀਂ ਚੀਨ ਨੂੰ ਕੋਈ ਇਤਰਾਜ਼ ਨਹੀਂ ਹੋਏਗਾ ਜੇ ਭਾਰਤ ਜੇ ਉਹਦਾ ਮੈਂਬਰ ਦੇ ਲਈ ਜਦੋਂ ਅਪਲਾਈ ਕਰੇਗਾ ਕਿਉਂਕਿ ਇੱਕ ਜਿਹੜੀ ਇਹਨਾਂ ਦੀ ਮੀਟਿੰਗ ਹੈ ਉਹ 26 24 ਜੂਨ ਨੂੰ ਸਿਓਲ ਸਾਊਥ ਕੋਰੀਆ ਦੇ ਵਿੱਚ ਹੋ ਰਹੀ ਹੈ ਹੁਣ ਨਿਊਕਲੀਅਰ ਸਪਲਾਈਰ ਗਰੁੱਪ ਦਾ ਜਿਹਦੇ ਵਿੱਚ ਇਹ ਸੀ ਕਿ ਜੀ ਭਾਰਤ ਨੂੰ ਹਰੀ ਚੰਡੀ ਮਿਲ ਜਾਏਗੀ ਜੀ ਹੁਣ ਸਭ ਤੋਂ ਪਹਿਲਾਂ ਤਾਂ ਚੀਨੀਆਂ ਨੇ ਇਹਨਾਂ ਦੀ ਫੂਕ ਕੱਢੀ ਜਦੋਂ ਕਿ ਉਹਨਾਂ ਦੇ ਜਿਹੜਾ ਗਲੋਬਲ ਮੇਲ ਹੈ ਉਹਨਾਂ ਦਾ ਨਿਊਜ਼ਪੇਪਰ ਕਮਨਿਸਟ ਪਾਰਟੀ ਦਾ ਉਹਦੇ ਚ ਉਹਨਾਂ ਨੇ ਕਿਹਾ ਕਿ ਭਾਰਤ ਜਿਹੜਾ ਹੈ ਉਹ ਆਪਣਾ ਐਂਬੀਸ਼ਨ ਜਿਹੜਾ ਨਿਊਕਲੀਅਰ ਐਂਬੀਸ਼ਨ ਉਹਨੂੰ ਘਟਾਏ ਵੀ ਉਹਨਾਂ ਹੋਇਆ ਹੈ ਜੀ ਫਿਰ ਚੀਨ ਨੇ ਪਿਛਲੇ ਹਫਤੇ ਦੀਆਂ ਖਬਰਾਂ ਚ ਸੀ ਇਹਨਾਂ ਨੇ ਕਿਹਾ ਕਿ ਜੀ 250 ਚੀਨੇ ਜਿਹੜੇ ਨੇ ਉਹ ਅਰਨਾਚਲ ਪ੍ਰਦੇਸ਼ ਦੇ ਵਿੱਚ ਬਾਰਡਰ ਕਰਾਸ ਕਰਕੇ ਆ ਗਏ ਔਰ ਭਾਰਤੀ ਫੌਜ ਦੇ ਨਾਲ ਉਹਨਾਂ ਦੀ ਕਫਲ ਹੋਈ ਬਾਦ ਚੌਕਲੇਟ ਇੱਕ ਦੂਜੇ ਨੂੰ ਦੇ ਕੇ ਸਮਝੌਤਾ ਹੋਇਆ ਹੈ ਔਰ ਇਹਨਾਂ ਨੇ ਪ੍ਰੋਟੈਸਟ ਕੀਤਾ ਇੰਡੀਆ ਨੇ ਔਰ ਇਹ ਖਬਰ ਵੀ ਹੈ ਕਿ ਚਾਈਨਾ ਰਿਜੈਕਟਸ ਅਲਿਗੇਸ਼ਨ ਆਫ ਇਨਕਰਸ਼ਨ ਇਨ ਬਾਂਚਲਪਰਦੇਸ਼ ਚੀਨ ਨੇ ਕਿਹਾ ਇਹ ਸਾਡੀ ਥਾਂ ਹੈ ਸਾਡੀ ਫੌਜ ਜਿੱਥੇ ਚਾਹੇ ਜਾਏ ਅਸੀਂ ਕੋਈ ਤੁਹਾਡੀ ਟੈਰਿਟਰੀ ਨਹੀਂ ਤੋਂ ਬਾਰਡਰ ਹੀ ਨਹੀਂ ਡਿਮਾਰਕਟ ਹੋਇਆ ਹੋਇਆ ਤੁਹਾਡੀ ਟੈਰਿਟਰੀ ਕਿੱਥੋਂ ਹੋ ਗਈ ਸੋ ਇੱਕ ਤਾਂ ਉਹਨਾਂ ਨੇ ਇਹ ਸਨਬ ਕਰ ਦਿੱਤਾ ਔਰ ਦੱਸ ਦਿੱਤਾ ਵੀ ਚੜੋ ਅਮਰੀਕਾ ਦੇ ਕਨੇੜੇ ਫਿਰ ਤੁਹਾਨੂੰ ਦੱਸਦੇ ਹਾਂ ਦੂਜਾ ਜਿਹੜਾ ਭਾਰਤ ਨੂੰ ਬਹੁਤ ਵੱਡਾ ਜਿਹੜਾ ਤਮਾਚਾ ਅੱਜ ਚੀਨ ਨੇ ਮਾਰਿਆ ਹੈ ਔਰ ਇਹ ਵੀ ਇਹਨਾਂ ਦੀ ਮੀਡੀਆ ਨਿਊਜ਼ ਹੈ ਚਾਈਨਾ ਸਨਬਸ ਫੋਰਨ ਸੈਕਟਰੀ ਸਿਉਲ ਬੋਰਡ ਚਾਈਨਾ ਨੇ ਕਿਹਾ ਜੀ ਇਹ ਜਿਹੜਾ ਸਿਉਲ ਦੇ ਵਿੱਚ ਨਿਊਕਲিয়ার ਸਪਲਾਈਅਰ ਗਰੁੱਪ ਦੀ ਮੀਟਿੰਗ ਹੋ ਰਹੀ ਹੈ ਇਹਦੇ 'ਚ ਤਾਂ ਭਾਰਤ ਨੂੰ ਮੈਂਬਰ ਬਣਾਣਾ ਏਜੰਡੇ ਤੇ ਹੀ ਨਹੀਂ ਹੈਗਾ ਔਰ ਉਹਦੇ ਚ ਉਹਨਾਂ ਨੇ ਇਹਨਾਂ ਦੀ ਆਪਣੀ ਖਬਰ ਹੈ ਫੋਰਨ ਸੈਕਟਰੀ ਐਸ ਜੈ ਸ਼ੰਕਰ ਮੇਸੂਨ ਫਲਾਈ ਟੂ ਸਿਉਲ ਅਹੈਡ ਆਫ ਕ੍ਰੂਸ਼ਲ ਨਿਊਕਲিয়ার ਸਪਲਾਈਅਰਸ ਗਰੁੱਪ ਮੀਟਿੰਗ ਸਕੈਜੂਲਡ ਫਾਰ ਜੂਨ 24th ਵੇਅਰ ਇੰਡੀਆਜ਼ ਮੈਂਬਰਸ਼ਿਪ ਇਜ਼ ਲਾਈਕਲੀ to come up for discussion however china today said india's membership was not on the agenda of the plenary meet, meet of the nuclear supply ਉਹਦਾ જયशंकर ਜਾ ਰਿਹਾ ਜੀ ਸਾਡਾ ਉੱਥੇ ਡਿਸਕਸ ਹੋਣਾ ਚਾਈਨਾ ਨੇ ਸਨਬ ਆਖ ਵੀ ਉਹਨਾਂ ਨੇ ਕਿਹਾ ਚੁੱਪ ਕਰਕੇ ਬਹਿ ਜਾਓ ਜੁੱਤੀ ਲਾ ਕੇ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਨੇ ਤੇ ਤੁਹਾਡਾ ਤਾਂ ਏਜੰਡੇ ਤੇ ਹੀ ਨਹੀਂ ਹੈਗਾ ਵੀ ਤੁਹਾਨੂੰ ਅਸੀਂ ਕੋਈ ਮੈਂਬਰ ਲਈ ਕਨਸਿਡਰ ਕਰਨ ਦੇ ਦਾ ਸਟੇਟਮੈਂਟ ਵਾਸ ਇਨ ਸ਼ਾਰਪ ਕੰਟਰਾਸਟ the external affairs minister sushima somaraj somaraj optimism yesterday that india was hopeful of convincing china and becoming an nsg member by the year end ke ji assi chin nu convince kara le aur saal de khatme tak assi is de yeah. member ban jayange china's foreign ministry spokesperson hua ching chung today said the inclusion of non nuclear proliferation treaty members has never been a topic on the agenda of nsg meetings in seoul this year there is no such topic unna ke ha je janane nuclear jehdi proliferation treaty te dasakat nahi kite hoye jehde ohde member nahi unna nu banan da jehda oh hai ni agenda te ida matlab hai turde ho so eh mai samajhda hai bi modi ji de dore di safalta samne aa gayi ya dono tenu point si jehde kehnde si ji ਜੁਆਇੰਟ ਸਟੇਟਮੈਂਟ ਦੇ ਵਿੱਚ ਅਸੀਂ ਆ ਕਰਤਾ ਤੇ ਉਹ ਕਰਤਾ ਹੈ ਤੇ ਬਾਕੀ ਹੁਣ ਜਾਂਦੇ ਜਾਂਦੇ ਕਈ ਵਾਰੀ ਸਾਡੇ ਦਰਸ਼ਕ ਕਹਿੰਦੇ ਨੇ ਜੀ ਤੁਸੀਂ ਕਈ ਵਾਰੀ ਹੁਣ ਬਾਦਲਾਂ ਦੀ ਉਨੀ ਗੱਲ ਨਹੀਂ ਕਰਦੇ ਜੀ ਮੈਂ ਕਹਿੰਦੇ ਨਹੀਂ ਉਹ ਜਦੋਂ ਕੋਈ ਗੱਲ ਹੋਏ ਤੇ ਕਰਨ ਵਾਲੀ ਹੁੰਦੀ ਹੈ ਔਰ ਹੁਣ ਤਾਂ ਬਾਦਲ ਔਰ ਸਾਰਾ ਪੰਜਾਬ ਯੋਗੀ ਬਣ ਗਿਆ ਅੱਜ ਜੀ ਮੈਂ ਕਹਿਆ ਸੀ ਮੈਂ ਕਹਿਆ ਜੀ ਇਹ ਗੁਰੂ ਨਾਨਕ ਦੀ ਧਰਤੀ ਜਿੱਥੇ ਗੁਰੂ ਨਾਨਕ ਸਾਹਿਬ ਨੇ ਬੁਲੰਦ ਸੁਰ ਦੇ ਵਿੱਚ ਆਵਾਜ਼ ਫਰਮਾਇਆ ਸੀ ਕਿ ਕਾਜ਼ੀ ਕੂੜ ਬੋਲ ਮਲ ਖਾਏ ਬ੍ਰਾਹਮਣ ਆਵੇ ਜੀਆਂ ਖਾਏ ਜੋਗੀ ਜੁਗਤ ਨਾ ਜਾਣੇ ਅੰਦ ਤੀਨੋ ਉਜਾੜੇ ਕਾ ਬੰਦ ਜੀ ਕਿ ਕਾਜ਼ੀ ਝੂਠ ਦੇ ਉੱਤੇ ਟਿਕਿਆ ਹੋਇਆ ਉਹ ਜਿਹੜਾ ਵੱਡੀ ਲੈ ਕੇ ਹੱਕ ਗਵਾਈ ਉਹ ਵੱਡੀ ਲੈਂਦਾ ਹੈ ਬ੍ਰਾਈਬਰੀ ਲੈਂਦਾ ਉਹ ਜਿਹੜਾ ਉਸ ਦੀ ਜੂਰਿਸਪਰੂਡੈਂਸ ਹੈ ਇਸਲਾਮਿਕ ਸ਼ਰਆ ਦੇ ਮੁਤਾਬਕ ਇਨਸਾਫ ਨਹੀਂ ਕਰਦਾ ਝੂਠ ਬੋਲਦਾ ਹੈ ਔਰ ਝੂਠਿਆਂ ਨੂੰ ਜਿਹੜਾ ਉਹ ਜਤੰਦਾ ਹੈ ਕਿਉਂਕਿ ਉਹ ਵੱਡੀ ਖੰਦ ਹੈ। ਉਹ ਕਾਦੀ ਕੂੜ ਬੋਲ ਮਲ ਖਾਇ ਬ੍ਰਾਹਮਣ ਨਾ ਵੇ ਜੀਆਂ ਖਾਇ ਇਹ ਜਿਹੜਾ ਬ੍ਰਾਹਮਣ ਹਿੰਦੂਆਂ ਦਾ ਹੈ ਬਣਿਆ ਹੋਇਆ ਉਹ ਸਪੋਕਸ ਪਰਸਨ ਉਹ ਤਾਂ ਲੋਕਾਂ ਦੇ ਖੂਨ ਨਾਲ ਨਾ ਹੁੰਦਾ ਹੈ ਮਤਲਬ ਐਕਸਪਲੋਇਟਡ ਐਕਸਪਲੋਇਟ ਕਰਦਾ ਹੈ। ਔਰ ਜੋਗੀ ਝੁਗਤ ਨਾ ਜਾਣੇ ਹਨ ਕਿ ਜੋਗੀ ਯੋਗਮਾਤੇ ਕਲੇਮ ਕਰਦਾ ਹੈ ਕਿ ਉਹਨਾਂ ਕੋਲ ਝੁਗਤ ਹੈ ਵੇ ਆਫ ਲਾਈਫ ਹੈ। ਜੀ ਪਰ ਇਹਨਾਂ ਤਾਂ ਤਾਂ ਪੱਲੇ ਕੁਛ ਨਹੀਂ ਤਾਂ ਆਨੇ ਨੇ। ਤੀਨੋ ਉਜਾੜੇ ਦਾ ਬੰਦ ਇਹਨਾਂ ਦੇ ਮਗਰ ਲੱਗਣ ਵਾਲੇ ਜਿਹੜੇ ਨੇ ਉਜੜਨਗੇ ਪਰ ਪੰਜਾਬ ਤਾਂ ਸਾਰਾ ਪੁੱਠਾ ਹੋਇਆ ਹੈ ਇਹ ਵੱਖਰੀ ਗੱਲ ਹੈ ਕਿ ਕਿਵੇਂ ਇਹ ਕਹਾਣੀ ਹੈ ਉਹ ਹੁਣ ਉਹ ਮੋਦੀ ਮੋਦੀ ਜਦੋਂ ਸਾਰਾ ਕੁਝ ਕਰਨਾ ਹੈ ਤਾਂ ਸਾਰਾ ਇੰਟਰਨੈਸ਼ਨਲ ਯੋਗਾ ਡੇ ਪੂਰਾ ਪਾਵੇਂ 21 ਜੂਨ ਦਾ ਉਹਨੂੰ ਤਿੰਨ ਦਿਨ ਹੋ ਗਏ ਨੇ ਚਾਰ ਦਿਨ ਸਾਰੀ ਸਰਕਾਰ ਠੱਪ ਹੋਈ ਹੋਈ ਹੈ ਕੋ ਗਲੀਆਂ ਕੂਚਿਆਂ ਚ ਚੰਡੀਗੜ੍ਹੋਂ ਨੇ ਆਉਣਾ ਪਹੁੰਚ ਗਿਆ 30000 ਬੰਦਾ ਯੋਗਾ ਕਰੇਗਾ ਫਰਾਂ ਹੈ ਕੋ ਪਟਿਆਲੇ ਵਿਚਾਰੇ ਸਟੂਡੈਂਟ ਹੋ ਕੇ ਲਿਆਂਦੇ 300 10 10000 10000 ਪੰਜਾਬ 10000 ਹਰਿਆਣਾ 10000 ਚੰਡੀਗੜ੍ਹ ਚੋਂ ਉਹਨਾਂ ਨੂੰ ਉੱਥੇ ਐਂਟਰੀ ਨਹੀਂ ਦਿੱਤੀ ਸਿਕਿਉਰਿਟੀ ਦੇ ਨਾਂਦ ਲੋ ਵਾਪਸ ਮੋੜ ਦਿੱਤੇ ਸੋ ਕੁੱਲ ਮਿਲਾ ਕੇ ਇਹ ਇੱਕ ਪਾਰਟੀ ਦੇ ਪਾਸੇ ਤਾਂ ਇਹ ਚੱਲ ਰਿਹਾ ਹੈ ਜੀ ਕਿ ਵੀ ਉਹਨਾਂ ਨੇ ਤਾਂ ਹਿੰਦੂਤਵਾ ਦੀ ਆਈਡੀਓਲੋਜੀ ਥੋਪ ਦਿੱਤੀ ਔਰ ਇਹ ਅਨਫੋਰਚੂਨੇਟ ਗੱਲ ਹੈ ਕਿ ਵੀ ਅਕਾਲ ਤਖਤ ਸ਼੍ਰੋਮਣੀ ਕਮੇਟੀ ਔਰ ਇਹ ਸਾਰੇ ਜਿਹੜੇ ਨੇ ਇਹ ਜੋਗੀ ਹੋ ਗਏ ਨੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਛੱਡ ਕੇ ਯੋਗ ਮਤ ਮੋਦੀ ਮਤ ਜਿਹੜਾ ਹੈ ਉਹ اختیار ਕਰ ਲਿਆ ਤੇ ਦੂਸਰੇ ਪਾਸੇ ਪੰਜਾਬ ਦਾ ਹਾਲ ਕੀ ਹੈ ਕਿਸਾਨਾਂ ਦਾ ਕੀ ਹਾਲ ਹੈ ਔਰ ਦੂਜਾ ਅਰਣ ਜੇਤਲੀ ਪਿਛਲੇ ਦਿਨਾਂ ਚ ਅੰਮ੍ਰਿਤਸਰ ਆਇਆ 19 ਜੂਨ ਨੂੰ ਔਰ ਉੱਥੇ ਉਹਨੇ ਬਾਦਲ ਨੇ ਆਪਣਾ ਜਿਹੜਾ ਉਹ ਮੈਜਰ ਨਾਮ ਸ਼ਿਕਾਇਤ ਨਾਮ ਇਹ ਪਬਲਿਕਲੀ ਹੁੰਦਾ ਹੈ ਉਹਨੂੰ ਪਤਾ ਹੁੰਦਾ ਹੈ ਕਿ ਵੀ ਅੰਦਰੋਂ ਕੀ ਹੈ ਕਿ ਜੀ ਅਸੀਂ ਦੇਖੋ ਆ ਵੀ ਮੰਗ ਰੱਖੀ ਉਹ ਵੀ ਮੰਗ ਰੱਖੀ ਹੁਣ ਬਾਦਲ ਨੇ ਆਪਣੀ ਸਪੀਚ ਦੇ ਵਿੱਚ ਕਿਹਾ ਕਿ ਦੁਹਾਈ ਪਾਈ ਉਹਨੇ ਉਹਨੇ ਕਿਹਾ ਜੀ ਕਿ ਸਰਹੱਦੀ ਖੇਤਰ ਚ ਸਨਤੀ ਕਰਨ ਲਈ ਵਿਸ਼ੇਸ਼ ਪੈਕੇਜ ਦਿੱਤਾ ਜਾਏ ਕਿ ਵੀ ਆ ਸਰਹੱਦੀ ਜ਼ਿਲ੍ਹੇ ਨੇ ਅੰਬਰਸਰ ਗੁਰਦਾਸਪੁਰ ਇੱਥੇ ਇੰਡਸਟਰੀਅਲਾਈਜ਼ੇਸ਼ਨ ਦੇ ਲਈ ਸਪੈਸ਼ਲ ਪੈਕੇਜ ਦਿਓ ਖੇਤੀ ਆਰਥਿਕਤਾ ਦੇ ਸੁਧਾਰ ਲਈ ਖੇਤੀ ਮਹਾਰਾਂ ਦੀ ਕਮੇਟੀ ਬਣਾਈ ਜਾਏ ਕਿ ਵੀ ਇੱਕ ਐਗਰੀਕਲਚਰ ਕਮੇਟੀ ਹੋਏ ਜਿਹੜੀ ਇਹ ਕਰੇ ਜੀ ਤੇ ਅੱਪਰ ਬਾਰੀ ਦੁਆਬ ਕਨਾਲ ਦੀ ਮੁਰੰਮਤ ਕਰਾਈ ਜਾਏ ਉਹਨੇ ਤਿੰਨ ਮੰਗਾਂ ਇਹਦੇ ਚ ਕੋਈ ਸਪੈਸ਼ਲ ਪੈਸੇ ਨਹੀਂ ਮੰਗੇ ਕੋਈ ਇਹ ਨਹੀਂ ਕਿਹਾ ਜੀ ਕਿਸਾਨਾਂ ਦੀ ਖੁਦਕਸ਼ੀ ਹੋ ਰਹੀ ਹੈ ਕੋਈ ਫੰਡ ਕਰੀਏਟ ਕਰੋ ਤਾਂ ਕਿ ਜਿਹੜੇ ਔਰ ਕੋਈ ਐਸੀ ਪਾਲਿਸੀ ਬਣਾਓ ਵੀ ਜਿਹੜੇ ਥੋੜੇ ਥੋੜੇ ਕਰਜ਼ੇ ਨੇ ਉਹਨਾਂ ਦੇ ਮੁਆਫ ਕੀਤੇ ਜਾਣ ਹੁਣ ਇਹਨਾਂ ਮੰਗਾਂ ਦੇ ਜਵਾਬ 'ਚ ਜਿਤਲੀ ਨੇ ਕੀ ਕਿਹਾ ਉਸ ਤੋਂ ਅੰਦਾਜ਼ਾ ਹੋ ਜਾਏਗਾ ਵੀ ਇਹ yoga ਮਾਤਾ ਦਾ ਧਾਰਨੀ ਅੱਜ ਪੰਜਾਬ ਦਾ ਬਾਦਲ ਲਾਣਾ ਕਿਸ ਕਦਰ ਜਿਹੜਾ ਉਹ ਬਿਲਕੁਲ ਬੇਅਣਖ ਹੋ ਕੇ ਬੇਆਬਰੂ ਹੋ ਕੇ ਬੇਗੈਰਤ ਹੋ ਕੇ ਇਹਨਾਂ ਦੇ ਪੈਰਾਂ 'ਚ ਲਟੇ ਹੋਏ ਨੇ ਉਹ ਅੱਗੋਂ ਕਿਵੇਂ ਠੁੱਡ ਮਾਰਦੇ ਨੇ ਹੁਣ ਜੇਤਲੀ ਨੇ ਇਹਦਾ ਜਵਾਬ ਇਹ ਦਿੱਤਾ ਕਿਸਾਨਾਂ ਨੂੰ ਬਚਾਉਣ ਲਈ ਕਿਸਾਨੀ ਦੀ ਨਵੀਂ ਪੀੜ੍ਹੀ ਨੂੰ ਬਿਹਤਰ ਵਿਦਿਅਕ ਸਹੂਲਤਾਂ ਦਿੱਤੀਆਂ ਜਾਣ ਉਹ ਕਹਿੰਦਾ ਜੀ ਇਹਨਾਂ ਦੀਆਂ ਜਿਹੜੀਆਂ ਕਿਸਾਨਾਂ ਦੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਬਿਹਤਰ ਵਿਦਿਅਕ ਸਹੂਲਤਾਂ ਦਿੱਤੀਆਂ ਜਾਣ ਉਹਨਾਂ ਨੂੰ ਹੋਰ ਕਿੱਤਿਆਂ ਵੱਲ ਪ੍ਰੇਰਿਤ ਕੀਤਾ ਜਾਏ ਉਹਨਾਂ ਨੂੰ ਕਹੋ ਜੀ ਖੇਤੀ ਨਾ ਕਰੋ ਤੁਸੀਂ ਕੋਈ ਹੋਰ ਕੰਮ ਕਰੋ ਜੀ ਜੇਤਲੀ ਨੇ ਕਿਹਾ ਕਿ ਪੰਜਾਬ ਵਿੱਚ ਖੇਤੀ ਮੁਨਾਫੇ ਵਾਲੀ ਨਹੀਂ ਰਹੀ। ਇਹਦਾ ਤਾਂ ਫਾਇਦਾ ਤਾਂ ਹੋਣਾ ਨਹੀਂ ਹੁਣ। ਦੇਸ਼ ਦੀ 55% ਦੀ ਆਬਾਦੀ ਅੱਜ ਵੀ ਖੇਤੀ ਤੇ ਨਿਰਭਰ ਹੈ ਪਰ ਦੇਸ਼ ਦੀ ਜੀਡੀਪੀ ਵਿੱਚ ਇਹਨਾਂ ਦਾ ਯੋਗਦਾਨ ਸਿਰਫ 15% ਦੀ ਹੈ। ਇਹ ਹੁਣ ਭਾਰਤ ਭਰ ਦੇ ਕਿਸਾਨਾਂ ਨੂੰ ਬੇਇੱਜ਼ਤ ਕੀਤਾ ਹੈ। ਕਿ ਜੀ ਤੁਸੀਂ ਦੇਸ਼ ਲਈ ਕਰ ਕੀ ਰਹੇ ਹੋ? ਤੁਹਾਡੇ ਤਾਂ ਸਾਰੀ 15% ਦੀ ਵੀ ਨਹੀਂ ਹੈ ਜੀਡੀਪੀ। ਔਰ ਪੰਜਾਬ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਤੁਸੀਂ ਬੰਦ ਕਰੋ ਖੇਤੀ ਨਾ ਕਰੋ। ਉਹਨਾਂ ਨੇ ਵਿਕਾਸਸ਼ੀਲ ਮੁਲਕਾਂ ਦੇ ਉਦਾਹਰਨ ਦੰਦਿਆਂ ਕਿਾ ਕਈ ਮੁਲਕਾਂ ਨੇ ਖੇਤੀ ਤੋਂ ਨਿਰਪੜਤਾ ਘਟਾਈ ਹੈ ਇੱਥੇ ਵੀ ਨਵੀਂ ਪੀੜੀ ਨੂੰ ਖੇਤੀ ਚੋਂ ਕੱਢ ਕੇ ਹੋਰ ਕਿੱਤਿਆਂ ਵੱਲ ਲਾਉਣਾ ਜ਼ਰੂਰੀ ਹੈ ਉਹਨਾਂ ਕਿਹਾ ਨਵੀਂ ਪੀੜੀ ਨੂੰ ਵਧੀਆ ਸਿੱਖਿਆ ਸਹੂਲਤਾਂ ਮਹਈਆ ਕੀਤੀਆਂ ਜਾਣ ਤੇ ਸੰਤਾਂ ਲਾਈਆਂ ਜਾਣ ਤਾਂ ਜੋ ਇਸ ਨਾਲ ਸੂਬੇ ਦਾ ਮਾਹੌਲ ਬਦਲਿਆ ਜਾ ਸਕੇ ਜਦੋਂ ਮੈਂ ਇਹ ਸਟੇਟਮੈਂਟ ਪੜ੍ਹੀ ਤਾਂ ਮੈਨੂੰ ਉਹ ਫ੍ਰੈਂਚ ਰੈਵੋਲੂਸ਼ਨ ਨਿਰੋਦੇ ਜ਼ਮਾਨੇ ਤੋਂ ਜਿਹੜੀ ਚੱਲਦੀ ਹੈ ਇਹ ਕਿ ਵੀ ਲੋਕ ਭੁੱਖੇ ਮਰ ਰਹੇ ਨੇ ਆ ਕੇ ਉਹਨਾਂ ਨੇ ਮਹਿਲ ਘੇਰ ਲਿਆ ਕਹਿ ਰਹੇ ਨੇ ਬ੍ਰੈਡ 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 ਅੰਦਰ ਹਣੀ ਕਰ ਰਹੇ ਨੇ ਕਹਿੰਦੇ ਉੱਠਦੇ ਹਰ ਸੇ ਕੀ ਕਹਿੰਦਾ ਨਾ ਉਹਨੂੰ ਕਹਾਂ ਜੀ ਇਹ ਭੁੱਖੇ ਨੇ ਕਹਿੰਦੇ ਰੋਟੀ ਰੋਟੀ ਹਾਂ ਉਹ ਉਹ ਕਹਿੰਦੇ ਦੇ ਹੈਵ ਨੋ ਬ੍ਰੈਡ ਕਹਿੰਦੇ ਨੋ ਵਾਈ ਡੋਨਟ ਦੇ ਈਟ ਕੇਕ ਜੀ ਵੀ ਉਹ ਕੇਕ ਕਿਉਂ ਨਹੀਂ ਖਾਂਦੇ ਹੁਣ ਇਹਨੂੰ ਉਹ ਕਹਿ ਰਿਹਾ ਇਹਨਾਂ ਦਾ ਜਮੂਰਾ ਕਿ ਭਾਈ ਜਿਹੜਾ ਸੰਤ ਹੀ ਪੈਕੇਜ ਦਿਓ ਕੋਈ ਬਾਹਰਾਂ ਦੀ ਜੇ ਕਮੇਟੀ ਬਣਾ ਕੇ ਦੱਸੋ ਅਸੀਂ ਕਿਉਂ ਜਾ ਰਹੇ ਆਂ ਉੱਪਰ ਬਾਰੀ ਨਹਿਰ ਜਿਹੜੀ ਹੈ ਉਹਨੂੰ ਡਿਵੈਲਪ ਕਰੋ ਤਾਂ ਕਿ ਸਿੰਚਾਈ ਜੋਗ ਹੋਏ ਉਹ ਕਹਿੰਦੇ ਇਹ ਤਾਂ ਘਾਟੇ ਦਾ ਸੌਦਾ ਹੈ ਖੇਤੀ ਇਹਨਾਂ ਨੂੰ ਵਧੀਆ ਵਿਦਿਅਕ ਸਹੂਲਤਾਂ ਦਿਓ ਉਹਨਾਂ ਨੂੰ ਕਹੋ ਜੀ ਤੁਸੀਂ ਹੋਰ ਕੰਮ ਕਰੋ ਹੋਰ ਪਾਸੇ ਜਾਓ ਇਹ ਦੁਨੀਆ ਚ ਦਾ ਨਹੀਂ ਹੈ ਫਾਇਦਾ ਉਹ ਆਤਮਕਾਤ ਕਰ ਰਹੇ ਨੇ ਕਰਜ਼ੇ ਚ ਦੱਬੇ ਹੋਏ ਨੇ ਪੰਜਾਬ ਜਿਹੜਾ ਸਾਰਾ ਤੁਸੀਂ ਡਰੱਗਸ ਦੇ ਹਵਾਲੇ ਕੀਤਾ ਹੋਇਆ ਹੈ ਨੌਕਰੀਆਂ ਦਾ ਕੋਈ ਜਿਹੜਾ ਹੈ ਨਹੀਂ ਪਬਲਿਕ ਸੈਕਟਰ ਚ ਕਿੰਨੀਆਂਕ ਨੌਕਰੀਆਂ ਹੁੰਦੀਆਂ ਨੇ ਜਿਹੜੀਆਂ ਹੁੰਦੀਆਂ ਨੇ ਉਹ ਇਹ ਲੁੱਟ ਕੇ ਖਾ ਜਾਂਦੇ ਨੇ ਮੈਂ ਦੇਖ ਰਿਹਾ ਸੀ ਮੈਂ ਆਖਿਆ ਕਿਸ ਕਦਰ ਆਜੇ ਇੰਟਾਈ ਸਿੱਖੀ ਲਾਈਨ ਨੇ ਕੋਈ ਸੁਝਾ ਪਤਾ ਨਹੀਂ ਕਿੱਥੋਂ ਉਹਨਾਂ ਦੇ ਕਿਸੇ ਹਿਊਮਨ ਰਾਈਟਸ ਗਰੁੱਪ ਨੇ ਦਿੱਤਾ ਕਿ ਵੀ ਜਿਹੜੀਆਂ ਹੁਣ ਇਲੈਕਸ਼ਨਾਂ ਨੇੜੇ ਨੇ ਉਸ ਬਾਅਦ ਨੇ ਐਲਾਨ ਕੀਤਾ ਜੇ ਅਸੀਂ ਅਗਲੇਆਂ 2-3 ਮਹੀਨਿਆਂ ਦੇ ਵਿੱਚ ਸਾਰੀਆਂ ਨੌਕਰੀਆਂ ਜਿਹੜੀਆਂ ਨੇ ਸਾਰੀਆਂ ਖਾਲੀ ਅਸਾਮੀਆਂ ਭਰ ਦੇਾਂਗੇ ਤੋ ਉਹਨਾਂ ਦੇ ਕਿਸੇ ਐਡਵਾਈਜ਼ਰੀ ਬੋਰਡ ਨੇ ਕਿਹਾ ਕਿ ਜੀ ਘੱਟੋ-ਘੱਟ 35% ਜਿਹੜੀਆਂ ਨੌਕਰੀਆਂ ਨੇ ਉਹ ਔਰਤਾਂ ਲਈ ਰਿਜ਼ਰਵ ਰੱਖੋ ਕਿਉਂਕਿ ਬੀਬੀਆਂ ਜਿਹੜੀਆਂ ਨੇ ਹੁਣ ਐਜੂਕੇਸ਼ਨ ਵਾਈਜ਼ ਵੀ ਪੰਜਾਬ ਚ ਅੱਗੇ ਨੇ ਔਰ ਬਹੁਤ ਸਾਰੇ ਘਰਾਂ ਦੇ ਵਿੱਚ ਮੁੰਡੇ ਨਕਮੇ ਨੇ ਔਰ ਉਹ ਹੀ ਆਪਣੇ ਪੇਰੈਂਟਸ ਦਾ ਵੀ ਸਹਾਰਾ ਨਹੀਂ ਔਰ ਉਹ ਸੀ ਕੱਲ ਦੀ ਨਿਊਜ਼ ਕਿ ਜੀ ਅਕਾਲੀਆਂ ਦੀ ਜਿਹੜੀ ਉੱਪਰਲੀ ਕਹਿੰਦੇ ਨਹੀਂ ਨਹੀਂ ਇਹ ਨਹੀਂ ਇਹ ਇਹ ਠੀਕ ਨਹੀਂ ਹੈ ਸਜਾ ਤੁਸੀਂ ਆ ਅਲਟੀਮੇਟਲੀ ਬੰਦਿਆਂ ਲਈ ਰੱਖੋ ਬੰਦਿਆਂ ਲਈ ਰੱਖੋ ਸੋ ਮਤਲਬ ਇਹ ਹੈ ਵੀ ਇਹ ਆਪਣੇ ਉਹਦਾ ਹੁਣ ਰੀਜ਼ਨ ਵੀ ਇਹ ਹੀ ਹੋਣਾ ਵੀ ਉਹਨਾਂ ਤੋਂ ਪੈਸੇ ਖਾ ਕੇ ਅੱਗੇ ਨੌਕਰੀਆਂ ਦੇਣਗੇ ਪਰ ਕੁੱਲ ਮਿਲਾ ਕੇ ਇਹ ਦੇਸ਼ ਦਾ ਫਾਈਨੈਂਸ ਮਿਨਿਸਟਰ ਹੈ ਅਰुण ਜੇਤਲੀ ਔਰ ਪੰਜਾਬ ਜਿਹੜਾ 60% ਦੀ ਕਣਕ 40% ਤੋਂ ਜ਼ਿਆਦਾ ਚੋਲ ਉਹਨਾਂ ਸਾਰਿਆਂ ਦੇ ਜਿਹੜੇ ਪੂਲ ਦੇ ਵਿੱਚ ਦੰਦਾ ਜਿਹੜੇ ਦੇਸ਼ ਦਾ ਢਿੱਡ ਭਰਿਆ ਔਰ ਚੀਫ ਮਿਨਿਸਟਰ ਅੰਮ੍ਰਿਤਸਰ ਸ਼ਹਿਰ ਚ ਖਲੋ ਕੇ ਉਹ ਕੀ ਮੰਗ ਰਿਹਾ ਹੈ ਤੇ ਇਹ ਉਹਨਾਂ ਨੂੰ ਕਹਿ ਰਿਹਾ ਵੀ ਜੇ ਇਹਨਾਂ ਕੋਲ ਖਾਣ ਨੂੰ ਰੋਟੀ ਨਹੀਂ ਤੇ ਇਹ ਕੇਕ ਖਾਣ ਤੇ ਬੱਚੇ ਇਹਨਾਂ ਦੇ ਚੰਗੀ ਐਜੂਕੇਸ਼ਨ ਲੈਣ ਸੇ ਸੈਕੰਡਰੀ ਆਰਟ ਕਿਉਂ ਨਹੀਂ ਪੜ੍ਹਦੇ ਬੱਚੇ ਇਹਨਾਂ ਦੇ ਅਮਰੀਕਾ ਇੰਗਲੈਂਡ ਚ ਭੇਜਣ ਪੜ੍ਹ ਕੇ ਆਣ ਫਿਰ ਉਹ ਦੱਸਣ ਆਪਣੇ ਮਾਪਿਆਂ ਨੂੰ ਕਿ ਤੁਸੀਂ ਅਨਪੜਖ ਤੂਤ ਨਹੀਂ ਤੁਸੀਂ ਇਹ ਜਿਹੜਾ ਖੇਤੀਬਾੜੀ ਕਰਦੇ ਹੋ ਦੇਖੋ ਅਸੀਂ ਤਾਂ ਜਿਹੜਾ ਹੁਣ ਇਹ ਕਰ ਰਹੇ ਸੋ ਇਹਨੂੰ ਕਹਿੰਦੇ ਨੇ ਇਨਸਰਟ ਕਰਨਾ ਇਨਸਰਟ ਵੀ ਛੋਟਾ ਸ਼ਬਦ ਹੈ ਇਸ ਨੂੰ ਇਹਨੂੰ ਕਹਿੰਦੇ ਨੇ ਕਿ ਬਿਲਕੁਲ ਧਰੜ ਦੇਣ ਔਰ ਜਿਸ ਕਿਸਮ ਦਾ ਇਹ ਰਿਵੈਂਜ ਚਲ ਰਿਹਾ ਹੈ ਮਤਲਬ ਔਰ ਜੇ ਇਹ ਦੇ ਬਾਵਜੂਦ ਸਾਡੀ ਇਨੀਕ ਇਨਸੈnsਿਟੀ ਹੋਸੇ ਵੀ ਬਹੁਤ ਇਹਨੇ ਖਬਰ ਪੜ੍ਹੀ ਹੋਏਗੀ ਦੇਖਿਆ ਹੋਏਗਾ ਵੋਟਾਂ ਗਿਣ ਰਹੇ ਨੇ ਕੌਣ ਕਿਹਨੂੰ ਪਾਏਗਾ ਕੀ ਦੇਏਗਾ ਜੀ ਸੋ ਕੁੱਲ ਮਿਲਾ ਕੇ ਇਹ ਜਿਹੜੀ ਬਹੁਤ ਉਦਾਸ ਕਰਨ ਵਾਲੀ ਹਾਲਤ ਹੁੰਦੀ ਹੈ ਜਿਵੇਂ ਅਸੀਂ ਜਦੋਂ ਬਾਹਰ ਜਾਂਦੇ ਹਾਂ ਸਾਰੇ ਜਿਹੜੇ ਵੀ ਚਿੰਤਕ ਨੇ ਪੰਥ ਨੂੰ ਪਿਆਰ ਕਰਨ ਵਾਲੇ ਉਹ ਵੀ ਕਾਮਨ ਸਿੱਖ ਵੀ ਜੀ ਵਰਡ ਵੀ ਹੁੰਦਾ ਹੈ ਲੇਕਿਨ ਤੁਸੀਂ ਆਪਣੇਆਂ ਦਾ ਹਾਲ ਦੇਖੋ ਆਪਣੇ ਲੱਗੇ ਹੋਏ ਨੇ ਕੋਈ ਮर्यादा ਨੂੰ ਡੀਰੇਲ ਕਰਨ ਤੇ ਲੱਗਾ ਹੋਇਆ ਹੈ ਕੋਈ ਹੋਰ ਲੱਗਾ ਹੋਇਆ ਹੈ ਜਿਹੜਾ ਮਾੜਾ ਮੋਟਾ ਆ ਸਰਬੱਤ ਖਾਲਸਾ ਚੋਂ ਕ੍ਰੀਏਟ ਹੋਇਆ ਸੀ ਜੀ ਉਹਦਾ ਵੀ ਜਿਹੜਾ ਉਹਨਾਂ ਨੇ ਹੁਣ ਸ਼ੁਰੂ ਕਰ ਦਿੱਤਾ ਉਸ ਦੇ ਉੱਤੇ ਵੀ ਕੰਮ ਸੋ ਇਹੋ ਹਮਾਰਾ ਜੀਵਨ ਤੂ ਸਾਹਿਬ ਸੱਚੇ ਦੇਖ ਸੋ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਣਾ ਲੈਣੇ ਬ੍ਰੇਕ ਈਵਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਂ ਛੋਟੇ ਵਕਫੇ ਤੇ ਬਾਅਦ